ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਦੀਪ ਖੁਰਮੀ ਹਿੰਮਤਪੁਰਾ। ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜਿਆ। ਸਕਾਟਲੈਂਡ ਦੀ ਧਰਤੀ ਤੋਂ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਮਹਾਨ ਕਾਰਜ ਆਰੰਭਿਆ ਗਿਆ, ਜਿਸ ਤਹਿਤ ਗੁਰਮੇਲ ਸਿੰਘ ਧਾਮੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਾ ਕੇ ਮਦਦ ਕਾਰਜਾਂ ਦੇ ਲਈ ਸਰਗਰਮ ਹੋਣ ਜਾ ਰਹੇ ਆ। ਤੁਹਾਡੇ ਨਾਲ ਗੁਰਮੇਲ ਸਿੰਘ ਧਾਮੀ ਵੀ ਆਪਣੇ ਸ਼ਬਦਾਂ ਰਾਹੀਂ ਸਾਂਝ ਪਾਉਣਗੇ। ਅਸੀਂ ਵੀ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੱਡੀ ਸੋਚ ਨਾਲ ਵੱਡੇ ਕਾਰਜ ਦੇ ਵਿੱਚ ਸਾਥੀ ਬਣੋ। ਜੇਕਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਇਸ ਵੀਡੀਓ ਦੇ ਹੇਠਾਂ ਚੱਲ ਰਹੇ ਨੰਬਰ 'ਤੇ ਸੰਪਰਕ ਕਰਕੇ ਗੁਰਮੇਲ ਸਿੰਘ ਧਾਮੀ ਨਾਲ ਗੱਲਬਾਤ ਕਰ ਸਕਦੇ ਹੋ। ਆਓ ਸੁਣਦੇ ਹਾਂ ਗੁਰਮੇਲ ਸਿੰਘ ਧਾਮੀ ਜੀ ਨੇ ਤੁਹਾਡੇ ਲਈ ਕੀ ਸੁਨੇਹਾ ਲੈ ਕੇ ਆਏ ਨੇ। ਧੰਨਵਾਦ। ਮੈਂ ਗੁਰਮੇਲ ਸਿੰਘ ਧਾਮੀ, ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਵੱਲੋਂ ਜੋ ਪੰਜਾਬ ਵਿੱਚ ਆਪ ਸਾਰਿਆਂ ਨੂੰ ਪਤਾ ਨੁਕਸਾਨ ਹੋਇਆ ਮੀਂਹ ਦੇ, ਬਾਰਿਸ਼ਾਂ, ਹੜ੍ਹਾਂ ਕਾਰਨ, ਉਸੇ ਕਰਕੇ ਪੰਜਾਬ ਜਾ ਰਹੇ ਹਾਂ। ਅਤੇ ਹੁਣ ਕਿਉਂਕਿ ਪਾਣੀ ਦਾ ਲੈਵਲ ਥੱਲੇ ਹੋ ਗਿਆ ਅਤੇ ਹੁਣ ਉਹਨਾਂ ਦਾ ਜਾਇਜ਼ਾ ਲੈਣਾ ਸੌਖਾ ਹੈਗਾ, ਅਤੇ ਜਿਹਨਾਂ ਸੰਗਤਾਂ ਨੇ ਅੱਗੇ ਪੈਸੇ ਦੇ ਕੇ ਸਾਨੂੰ ਵਾਜਿਆ ਅਤੇ ਹੁਣ ਉੱਥੇ ਜਾ ਕੇ ਕੰਮ ਦੇਖ ਕੇ ਉਸ ਹਿਸਾਬ ਨਾਲ ਜਿਸ ਤਰ੍ਹਾਂ ਕੀਤਾ ਜਾਵੇਗਾ, ਸੰਗਤਾਂ ਤਾਂ ਵੀ ਪਹੁੰਚਾਵਾਂਗੇ, ਦੱਸਾਂਗੇ ਕੀ ਕਰ ਰਹੇ ਹਾਂ। ਅਤੇ ਹੋਰ ਜਿਹਨਾਂ ਵੀਰਾਂ ਨੇ ਮਾਇਆ ਦੇਣੀ ਹੋਵੇ ਉਹ ਕੰਮ ਦੇਖ ਕੇ ਸਾਨੂੰ ਭੇਜ ਦਿੱਤੇ ਟੈਲੀਫੋਨ ਨੰਬਰਾਂ 'ਤੇ ਸੰਪਰਕ ਕਰਨ, ਜਾਂ ਹੋਰ ਸਵਾਲ ਜਵਾਬ ਵੀ ਹੋਵੇ ਉਹ ਵੀ ਪੁੱਛ ਸਕਦੇ ਆ।